ਪੰਜਾਬ ਦੇ ਵਿੱਚ ਦਿਨੋ ਦਿਨ ਅਪਰਾਧਿਕ ਘਟਨਾਵਾਂ ਦੇ ਵਿੱਚ ਵਾਧਾ ਹੋ ਰਿਹਾ ਹੈ। ਇੱਕ ਹੋਰ ਖਬਰ ਬਟਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਪਿੰਡ ਸੇਖਵਾਂ ਦੇ ਵਿੱਚ ਰਾਤ ਨੂੰ ਸ਼ਰਾਬ ਦੇ ਠੇਕੇ ਦੇ ਉੱਤੇ ਗੋਲੀ ਚਲਾਈ ਗਈ। ਦੱਸਣਯੋਗ ਹੈ ਕਿ ਇੱਕ ਵਿਅਕਤੀ ਜ਼ਬਰਦਸਤੀ ਠੇਕਾ ਖੁਲਵਾ ਕੇ ਸ਼ਰਾਬ ਲੈਣਾ ਚਾਹੁੰਦਾ ਸੀ, ਪਰ ਉੱਥੇ ਕੰਮ ਕਰ ਰਹੇ ਸੁਰਜੀਤ ਸਿੰਘ ਜੋ ਕਿ ਹਿਮਾਚਲ ਦੇ ਨੂਰਪੁਰ ਪੜੋਲੀ ਦੇ ਰਹਿਣ ਵਾਲੇ ਸਨ, ਉਹਨਾਂ ਨੇ ਇਹ ਕੰਮ ਕਰਨ ਤੋਂ ਮਨਾ ਕਰ ਦਿੱਤਾ। ਜਦ ਠੇਕਾ ਨਾ ਖੋਲਿਆ ਗਿਆ ਤਾਂ ਵਿਅਕਤੀ ਨੇ ਬਾਹਰ ਤੋਂ ਗੋਲੀਆਂ ਚਲਾਈਆਂ। ਦੋ ਗੋਲੀਆਂ ਦੁਕਾਨ ਦੇ ਅੰਦਰ ਕੰਮ ਕਰ ਰਹੇ ਸੁਰਜੀਤ ਸਿੰਘ ਦੇ ਪੈਰ ਤੇ ਲੱਗੀਆਂ ਅਤੇ ਉਹ ਜ਼ਖਮੀ ਹੋ ਗਏ। ਫਿਲਹਾਲ ਜ਼ਖਮੀ ਹੋਏ ਸੁਰਜੀਤ ਸਿੰਘ ਨੂੰ ਬਟਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਪੂਰੇ ਮਾਮਲੇ ਦੀ ਹੁਣ ਪੁਲਿਸ ਜਾਂਚ ਪੜਤਾਲ ਕਰਨ ਦੇ ਵਿੱਚ ਲੱਗੀ ਹੋਈ ਹੈ। ਕੀ ਨਾਮ ਹੈ ਤੁਹਾਡਾ? ਸੁਰਜੀਤ ਸਿੰਘ। ਪੁੱਤਰ? ਸ਼੍ਰੀ ਵਿਆਸ ਦੇਵ। ਪਿੰਡ ਕਿਹੜਾ ਆਪਣਾ? ਹਿਮਾਚਲ। ਹਿਮਾਚਲ? ਹਾਂਜੀ। ਤੁਸੀਂ ਇੱਥੇ ਕੀ ਕਰ ਰਹੇ ਹੋ? ਠੇਕੇ ਤੇ ਨੌਕਰੀ। ਕਿਹੜੇ ਠੇਕੇ ਤੇ? ਸੇਖਵਾਂ। ਸੇਖਵਾਂ ਠੇਕੇ? ਸ਼ਰਾਬ ਠੇਕੇ ਤੇ? ਹਾਂਜੀ ਹਾਂ। ਠੀਕ ਹੈ, ਕੀ ਗੱਲ ਹੋਈ ਹੈ? ਰਾਤ ਨੂੰ ਬੰਦੇ ਦੋ ਆਏ ਮੇਰੇ ਕੋਲ। ਕਿੰਨੇ ਵਜੇ ਦੇ ਟਾਈਮ? 10:15 ਦਾ ਸਮਾਂ। 10:15 ਦਾ ਟਾਈਮ? ਹਾਂਜੀ। ਅਤੇ ਮੈਨੂੰ ਕਹਿੰਦੇ ਤਾਲਾ ਖੋਲ, ਮੈਂ ਜੰਗਲਾ ਹੀ ਲੱਗਾ ਅਤੇ ਮੈਂ ਬੈਠਾ ਸੀ ਉੱਥੇ ਬੈਂਚ 'ਤੇ, ਜੰਗਲਾ ਲੱਗਾ ਸੀ ਅਤੇ ਜੰਗਲੇ ਦਾ ਤਾਲਾ ਲੱਗਾ ਸੀ, ਕਹਿੰਦੇ ਤਾਲਾ ਖੋਲ। ਮੈਂ ਤੁਸੀਂ ਲੈਣਾ ਕੀ ਸੀ? ਕਹਿੰਦੇ ਤੈਨੂੰ ਕਿਹਾ ਤਾਲਾ ਖੋਲ ਵੀ। ਮੈਂ ਤਾਲਾ ਖੋਲ ਲੈਣਾ, ਉਹਨਾਂ ਤਾਲੇ ਇੱਦਾਂ ਕਰਕੇ ਥੱਲੇ ਨੂੰ ਗੋਲੀਆਂ ਚਲਾ ਦਿੱਤੀਆਂ ਅਤੇ ਮੇਰੇ ਦੋ ਗੋਲੀਆਂ ਲੱਗ ਗਈਆਂ। ਗੋਲੀ ਕਿੱਥੇ ਲੱਗੀ? ਇੱਕ ਲੱਤ ਦੇ ਕੇ। ਕਿੰਨੇ ਵਜੇ ਭਾਈ? 2 ਵਜੇ। ਟਾਈਮ ਕਿੰਨੇ ਵਜੇ ਦਾ ਸੀ? 10:15 ਵਜੇ। 10:15 ਦਾ। ਉਸ ਤੋਂ ਬਾਅਦ? ਉਸ ਤੋਂ ਬਾਅਦ ਫੋਨ ਕੀਤਾ ਆਪਣੇ ਟੇਕਿਆਂ ਨੇ, ਉਹਨੂੰ ਲਾਈਟ 'ਤੇ ਲਿਆ ਦਿੰਦਾ ਮੈਨੂੰ। ਠੀਕ ਹੈ। ਬੰਦੇ ਪਛਾਣ 'ਚ ਜੀ ਕੋਈ? ਨਹੀਂ। ਬੰਦੇ ਹੈ ਕਰਤੇ ਜੀ? ਇਹ ਨਹੀਂ ਪਤਾ ਕਦ 'ਤੇ ਆਏ। ਠੇਕਾ ਤੁਹਾਡਾ ਕਿੱਥੇ ਜੀ? ਸੇਖਵਾਂ। ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।